ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ ਅਤੇ ਇਸ ਵਾਰ ਫਿਰ ਇੱਕ ਵਾਰੀ ਮੂਵੀ ਦਾ ਰਿਵਿਊ ਲੈ ਕੇ ਆਇਆ। ਮੂਵੀ ਦਾ ਰਿਵਿਊ ਹੈ ਸਲਿਊਟ ਮੂਵੀ, ਜਿਹੜੀ ਪੰਜਾਬੀ ਦੀ ਮੂਵੀ ਹੈ, ਕੱਲ੍ਹ ਰਿਲੀਜ਼ ਹੋਈ ਹੈ। ਅੱਜ ਸਿਨੇਮਾ ਘਰਾਂ ਦੇ ਵਿੱਚ ਉਹ ਆ ਚੁੱਕੀ ਹੈ ਔਰ ਪਬਲਿਕ ਜਿਹੜੀ ਹੈ ਉਹ ਮੂਵੀ ਦੇਖ ਚੁੱਕੀ ਹੈ। ਪਬਲਿਕ ਤੋਂ ਪੁੱਛਦੇ ਹਾਂ ਮੂਵੀ ਦਾ ਜਿਹੜਾ ਉਹ ਕਨਸੈਪਟ ਸੀਗਾ, ਕੀ ਉਹ ਸਟੋਰੀ ਨੂੰ ਜਿਹੜੇ ਨਿਰਮਾਤਾ ਸੀਗੇ ਉਹ ਦਿਖਾਉਣ ਦੇ ਵਿੱਚ ਪੂਰੀ ਤਰ੍ਹਾਂ ਕਾਬਲੀਅਤ ਦਿਖਾ ਪਾਏ ਆ ਜਾਂ ਨਹੀਂ। ਫਿਲਹਾਲ ਮੇਰੇ ਨਾਲ ਕੁਝ ਦਰਸ਼ਕ ਮੌਜੂਦ ਨੇ ਜਿਨ੍ਹਾਂ ਦੇ ਜਿਨ੍ਹਾਂ ਨੇ ਮੂਵੀ ਦੇਖੀ ਹੈ। ਸਰ, ਕਿੱਦਾਂ ਨਹੀਂ ਲੱਗੀ ਮੂਵੀ ਦੇਖ ਕੇ? ਸਬਜੈਕਟ ਚੇਂਜ ਹੈ ਪੰਜਾਬੀ ਸਿਨੇਮਾ ਦੇ ਵਿੱਚ, ਜਿਹੜੇ ਐਕਸਪੈਰੀਮੈਂਟਸ ਕੀਤੇ ਜਾ ਰਹੇ ਸੀਗੇ ਉਹਨਾਂ ਤੋਂ ਹਟ ਕੇ ਹੈ, ਇੱਕ ਨਵਾਂ ਸਬਜੈਕਟ ਲਿਆ ਗਿਆ ਜਿਹਦੇ 'ਚ ਇੱਕ ਨਵਾਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਆਰਟ ਐਂਡ ਸਿਨੇਮਾ ਪੰਜਾਬੀ, ਮੈਡਮ ਉਰਮਿਲ ਜੋਸ਼ੀ ਸਖੀ ਦਾ ਇਹ ਨੋਵਲ ਹੈ ਸਲਿਊਟ, ਜਿਹਦੇ ਬੇਸ ਦੇ ਉੱਪਰ ਇੱਕ ਮੂਵੀ ਬਣੀ ਹੈ। ਐਂਡ ਮੈਂ ਕੰਗ੍ਰੈਚੁਲੇਟ ਕਰਨਾ ਚਾਹੁੰਦਾ ਡਾਇਰੈਕਟਰ ਹਰੀਸ਼ ਅਰੋੜਾ ਨੂੰ ਐਂਡ ਸਪੈਸ਼ਲੀ ਰਜਿੰਦਰ ਰਿੱਖੀ ਨੂੰ, ਜਿਨ੍ਹਾਂ ਨੇ ਇੱਕ ਬੜਾ ਇੰਪੋਰਟੈਂਟ ਐਂਡ ਬਿਊਟੀਫੁਲ ਕਰੈਕਟਰ ਪਲੇ ਕੀਤਾ, ਜਿਹਦੇ ਵਿੱਚ ਜਿਹੜੀ ਸਟੋਰੀ ਹੈ ਉਹਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਐਕਚੁਅਲ ਦੇ ਵਿੱਚ ਰਿਅਲਿਸਟਿਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜੋ ਸਾਡੀਆਂ ਪ੍ਰੋਬਲਮਸ ਅਸੀਂ ਫੇਸ ਕਰਦੇ ਹਾਂ ਜਾਂ ਜੋ ਪ੍ਰੋਬਲਮਸ ਅਸੀਂ ਦੇਖਦੇ ਪਏ ਹਾਂ ਸਾਡੇ ਸੋਸ਼ਲ ਸੈਟਅਪ ਦੇ ਵਿੱਚ, ਉਹਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਐਂਡ ਬਿਊਟੀਫੁਲੀ ਪਿਕਚਰਾਈਜ਼ ਕੀਤਾ ਗਿਆ। ਐਂਡ ਹੋਪ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਕ ਨਵੇਂ ਥੀਮ, ਇੱਕ ਨਵੇਂ ਜਿਹੜਾ ਸਬਜੈਕਟ ਦੇ ਨਾਲ ਪੰਜਾਬੀ ਸਿਨੇਮਾ ਮੂਵੀਜ਼ ਬਣਾਏਗਾ। ਇੱਕ ਸੀਰੀਅਸ ਕੋਸ਼ਿਸ਼ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਡਿਪਿਕਟ ਕਰਨ ਦੀ ਪੰਜਾਬੀ ਸਿਨੇਮਾ ਨੂੰ ਸਕਰੀਨ ਦੇ ਉੱਪਰ। ਐਂਡ ਵੰਸ ਅਗੇਨ ਕੰਗ੍ਰੈਚੁਲੇਸ਼ਨ ਟੀਮ ਸਲਿਊਟ ਐਂਡ ਸਪੈਸ਼ਲੀ ਹਰੀਸ਼ ਅਰੋੜਾ ਜੀ ਐਂਡ ਉਰਮਿਲ ਸਖੀ ਜੀ, ਥੈਂਕ ਯੂ। ਸਾਡੇ ਨਾਲ ਹੋਰ ਵੀ ਦਰਸ਼ਕ ਮੌਜੂਦ ਨੇ, ਤੁਸੀਂ ਦੱਸੋ ਕਿੱਦਾਂ ਦੀ ਲੱਗੀ ਮੂਵੀ, ਤੁਸੀਂ ਦੇਖੀ ਹੈ ਮੂਵੀ? ਸਰ, ਮੂਵੀ ਬਹੁਤ ਵਧੀਆ ਵਾ। ਜਿਸ ਤਰ੍ਹਾਂ ਅੱਜ ਕੱਲ੍ਹ ਪੰਜਾਬੀ ਸਿਨੇਮਾ ਦੇ ਵਿੱਚ ਕੋਮੇਡੀ ਦਾ ਜ਼ਿਆਦਾ ਜ਼ੋਰ ਚੱਲ ਰਿਹਾ ਵਾ, ਉਸ ਇਹਨਾਂ ਨੇ ਕੋਮੇਡੀ ਨੂੰ ਹਟ ਕੇ ਅਤੇ ਜਿਹੜੀ ਮਤਲਬ ਆਰਮੀ ਦੀ ਵਾਈਫ ਦੇ ਉੱਤੇ ਉਹਦੀ ਲਾਈਫ ਕੀ ਹੈ, ਮਤਲਬ ਇੱਕ ਆਰਮੀ ਦੀ ਆਰਮੀ ਮੈਨ ਜਿਹੜਾ ਸਾਡਾ ਫੌਜੀ ਹੈ ਉਹਦੀ ਡੈਥ ਤੋਂ ਬਾਅਦ ਉਹਦੀ ਵਾਈਫ ਦੀ ਕੀ ਜ਼ਿੰਦਗੀ ਹੁੰਦੀ ਹੈ, ਉਹਦੇ 'ਤੇ ਜਿਹੜਾ ਇਹਨਾਂ ਨੇ ਥੀਮ ਲਿਆ ਵਾ ਬਹੁਤ ਅੱਛਾ ਥੀਮ ਹੈ, ਬਹੁਤ ਵਧੀਆ ਤਰੀਕੇ ਨਾਲ ਫਿਲਮ ਨੂੰ ਬਣਾਇਆ ਗਿਆ ਵਾ। ਔਰ ਮੈਂ ਮਤਲਬ ਵਧਾਈ ਦਿੰਦਾ ਵਾ ਸਾਰੀ ਟੀਮ ਨੂੰ, ਸਲਿਊਟ ਫਿਲਮ ਦੀ ਟੀਮ ਨੂੰ, ਜਿਨ੍ਹਾਂ ਨੇ ਇੰਨਾ ਵਧੀਆ ਟੀਮ ਵਰਕ ਕੀਤਾ ਔਰ ਇੰਨਾ ਵਧੀਆ ਥੀਮ ਲੈ ਕੇ ਚੱਲੇ ਨੇ, ਤਾਂ ਸਾਨੂੰ ਇਹ ਮੂਵੀ ਜ਼ਰੂਰ ਦੇਖਣੀ ਚਾਹੀਦੀ ਹੈ। ਔਰ ਵੰਸ ਅਗੇਨ ਆਈ ਕੋਂਗਰੈਚੁਲੇਟ ਆਲ ਦਾ ਟੀਮ ਆਫ ਸਲਿਊਟ ਫਿਲਮ, ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਮੂਵੀ ਬਣਾਈ ਹੈ। ਥੈਂਕ ਯੂ। ਬੇਟਾ, ਕੈਸੀ ਲੱਗੀ ਮੂਵੀ ਆਪਕੋ? ਮੂਵੀ ਕਾ ਕਾਨਸੈਪਟ ਬਹੁਤ ਅੱਛਾ ਹੈ, ਜੋ ਵਿਡੋ ਰੀਮੈਰਿਜ ਹੈ ਉਸਕੋ ਵੀ ਇਨਕਰੇਜ ਕੀਆ ਗਿਆ ਹੈ ਯਹਾਂ ਪੇ, ਐਂਟਰਟੇਨਮੈਂਟ ਕੀ ਬਜਾਏ ਇਸ ਮੂਵੀ ਮੇ ਕਾਫੀ ਨੌਲੇਜ ਵੀ ਦੀ ਜਾ ਰਹੀ ਹੈ, ਤੋ ਸਭਕੋ ਦੇਖਣੀ ਚਾਹੀਏ। ਓਵਰਆਲ ਮੂਵੀ ਕਾ ਕਾਨਸੈਪਟ ਬਹੁਤ ਅੱਛਾ ਥਾ। ਅਗਰ ਆਪਕੋ ਬੋਲੇਂਗੇ 5 ਮੇ ਸੇ ਕਿਤਨੇ ਨੰਬਰ ਜੋ ਆਪ ਦੇਣੇ ਚਾਹੇਂਗੇ ਉਨਕੋ, ਤੋ ਕਿਤਨਾ? ਮੇ ਸੇ 5 ਹੀ ਦੂੰਗੀ, ਬਹੁਤ ਅੱਛੀ ਮੂਵੀ ਲੱਗੀ। ਥੈਂਕ ਯੂ। ਹਮਾਰੇ ਸਾਥ ਔਰ ਵੀ ਹੈ ਦਰਸ਼ਕ ਹੈ, उनसे भी पूछते हैं कैसी लगी मूवी। आपने मूवी देखी, कैसी लगी आपको? बहुत बढ़िया सर, मूवी ऐसा कॉन्सेप्ट मतलब डिफरेंट कॉन्सेप्ट लेकर आए हैं जो इंडियन आर्मी के लिए भी बहुत अच्छा है और देशवासियों के लिए भी एक मैसेज दे रहा है, तो सर ऑलरेडी ऑल कॉन्सेप्ट बहुत बढ़िया और इसकी जो स्टार कास्ट है ना उसने बहुत अच्छा काम किया सर। सो ਸਾਡੇ ਨਾਲ ਹੋਰ ਵੀ ਦਰਸ਼ਕ ਮੌਜੂਦ ਨੇ, ਮੈਂ ਉਹਨਾਂ ਨਾਲ ਵੀ ਗੱਲ ਕਰਨਾ ਚਾਹਾਂਗਾ। ਸਰ ਆਣਾ ਜੀ, ਸਰ ਤੁਸੀਂ ਇੱਕ ਥੀਏਟਰ ਦੇ ਆਰਟਿਸਟ ਵੀ ਖੁਦ ਔਰ ਥੀਏਟਰ ਨੂੰ ਹੈਂਡਲ ਕਰਦੇ ਹੋ, ਔਰ ਜਿਹੜੀ ਇਹ ਮੂਵੀ ਦੇਖ ਕੇ ਤੁਹਾਨੂੰ ਕਿੱਦਾਂ ਦਾ ਲੱਗਦਾ, ਕੀ ਕਮੀਆਂ ਨੇ, ਕੀ ਇਹਦੇ ਵਿੱਚ ਖਾਮੀਆਂ ਰਹਿ ਗਈਆਂ ਹੋਣਗੀਆਂ, ਜਾਂ ਪੂਰੀ ਦੀ ਪੂਰੀ ਫਿਲਮ ਜੇ ਆਖੀਏ ਤਾਂ ਸੰਤੁਸ਼ਟੀ ਹੈ? ਦੇਖੋ, ਫਿਲਮ ਜਿਹੜੀ ਹੈ ਅੱਜ ਦੇ ਜਿਹੜਾ ਦੌਰ ਚੱਲ ਰਿਹਾ ਪੰਜਾਬੀ ਸਿਨੇਮੇ ਦਾ, ਇੱਕ ਹੁੱਲੜਬਾਜ਼ੀ ਕਿਸਮ ਦੀ ਕਾਮੇਡੀ ਦਾ ਦੌਰ ਹੈ, ਔਰ ਉਹਦੇ 'ਚ ਜਿਹੜਾ ਪ੍ਰੋਡਿਊਸਰ ਡਾਇਰੈਕਟਰ ਪੈਸਾ ਲਾ ਕੇ ਇਹੋ ਜਿਹੀ ਸਟੋਰੀ ਵਾਲੀ ਔਰ ਮੀਨਿੰਗਫੁੱਲ ਫਿਲਮ ਬਣਾਉਂਦਾ ਹੈਗਾ, ਪਹਿਲਾਂ ਤਾਂ ਉਹਦੀ ਦਾਤ ਦੇਣੀ ਬਣਦੀ ਹੈ ਕਿ ਉਹਨੇ ਇੱਕ ਬਕਾਇਦਾ ਕਹਾਣੀ ਔਰ ਬੜੀ ਟੱਚੀ ਕਹਾਣੀ ਲਈ ਹੈ ਔਰ ਫੌਜ ਦੀ ਕਹਾਣੀ ਲਈ ਹੈ ਔਰ ਪੰਜਾਬ ਅਤੇ ਹਰਿਆਣੇ ਦੇ ਜਿਹੜੇ ਆਪੋ 'ਚ ਮੁਹੱਬਤ ਦੇ ਰਿਸ਼ਤੇ ਹੋਣੇ ਚਾਹੀਦੇ ਨੇ ਉਹ ਪਾਣੀਆਂ ਦੇ ਮਸਲਿਆਂ ਕਰਕੇ ਨਹੀਂ ਹੈਗੇ ਜਿਹੜੇ, ਉਹ ਮੇਰਾ ਖਿਆਲ ਹੈ ਕਿ ਇਸ ਫਿਲਮ ਰਾਹੀਂ ਡਿਵੈਲਪ ਹੋਰ ਹੋ ਸਕਦੇ ਨੇ ਕਿ ਇੱਕ ਜਿਹੜਾ ਲੜਕਾ ਹੈ ਉਹ ਸਾਡਾ ਹਰਿਆਣੇ ਦਾ ਹੈ ਅਤੇ ਲੜਕੀ ਪੰਜਾਬ ਦੀ, ਅਤੇ ਇਸ ਤਰ੍ਹਾਂ ਜਿਹੜਾ ਹੈਗਾ ਇਹ ਫੌਜੀਆਂ ਦੀਆਂ ਵਿਧਵਾਵਾਂ ਨਾਲ ਜੋ ਸਾਡਾ ਸਮਾਜ ਬਾਅਦ 'ਚ ਸਲੂਕ ਕਰਦਾ ਉਹਦੇ ਬਾਰੇ ਇੱਕ ਬੜਾ ਅੱਛਾ ਵਿਸ਼ਾ ਲੈ ਕੇ ਹਰੀਸ਼ ਅਰੋੜਾ ਨੇ ਫਿਲਮ ਬਣਾਈ ਹੈ। ਮੈਂ ਹਰੀਸ਼ ਅਰੋੜਾ ਅਤੇ ਪੂਰੀ ਟੀਮ ਨੂੰ ਇਸ ਫਿਲਮ ਦੀਆਂ ਮੁਬਾਰਕਾਂ ਦਿੰਦਾ ਔਰ ਮੈਨੂੰ ਉਮੀਦ ਹੈ ਕਿ ਪੰਜਾਬ ਅਤੇ ਹਰਿਆਣਾ ਦੋਵਾਂ 'ਚ ਅੱਛਾ ਬਿਜ਼ਨਸ ਵੀ ਕਰੇਗੀ। ਮੁਬਾਰਕ। ਸੋ ਫਿਲਮ ਦਾ ਰਿਵਿਊ ਤਾਂ ਕਾਫੀ ਅੱਛਾ ਆ ਰਿਹਾ ਕਿਉਂਕਿ ਫਿਲਮ ਜਿਹੜੀ ਆ ਉਹ ਬਹੁਤ ਫਿਲਮਾਂ ਨਾਲੋਂ ਜ਼ਿਆਦਾ ਹਟ ਕੇ ਹੈ, ਪਰ ਕਿਤੇ ਨਾ ਕਿਤੇ ਬਜਟ ਦਾ ਕਰਕੇ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਫਿਲਮ ਦਾ ਫਿਲਮਾਂਕਣ ਨੂੰ ਲੈ ਕੇ ਕੋਈ ਗਲਤੀਆਂ ਵੀ ਕੱਢੀਆਂ ਜਾ ਸਕਦੀਆਂ ਹਨ, ਪਰ ਜੋ ਦਰਸ਼ਕਾਂ ਨੂੰ ਦਿਖਾਉਣਾ ਚਾਹੁੰਦੇ ਆ ਸਟੋਰੀ ਦੇ ਮੁਤਾਬਕ, ਜੋ ਸਟੋਰੀ ਜੋ ਕਨਸੈਪਟ ਲੋਕਾਂ ਤੱਕ ਪਹੁੰਚਾਉਣਾ ਸੀਗਾ ਉਸ ਫਿਲਮ ਜਿਹੜੀ ਆ ਪੂਰੀ ਟੀਮ ਜਿਹੜੀ ਆ ਉਹ ਕਨਸੈਪਟ ਨੂੰ ਪਹੁੰਚਾਉਣ ਵਾਸਤੇ ਕਿਤੇ ਨਾ ਕਿਤੇ ਕਾਮਯਾਬ ਹੁੰਦੀ ਦਿਖਾਈ ਦੇ ਰਹੀ ਹੈ।
कैमरामैन अश्विनी कुमार के नाल विक्रम गिल, खबर हरपल इंडिया, अमृतसर।